ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ। ਇਹ ਜਲਾਲਪੁਰ ਜੱਟਾਂ 'ਤੇ ਆਏ ਹਾਂ ਅਸੀਂ ਇੱਕ ਗੱਡੀ ਨੂੰ ਲੈ ਕਰ ਮਾਰਨ। ਇਹ 2024 ਮਾਡਲ ਗੱਡੀ ਹੈ, ਠੀਕ ਹੋ ਗਿਆ। ਰਾਂਝਾ ਝੰਮਟ ਪਿੰਡ ਦੇ ਵਿੱਚ ਇਹ ਗੱਡੀ ਨੂੰ ਲੈ ਕਰ ਮਾਰਿਆ। ਜਰਾ ਗੱਡੀ ਦੀ ਛਣਕ ਚੈੱਕ ਕਰਨਾ, ਫਿਰ ਇਹ ਗੱਡੀ ਦੇ ਉੱਤੇ ਨਾ ਤੈਨੂੰ ਇਹ ਵਹਾਣਾ, ਜੇ ਕਿਤੇ ਮੱਖੀ ਜਿੰਨਾ ਕਿਤੇ ਦਾਗ ਰੰਗ ਲੱਗਣ ਵਾਲਾ ਹੋਵੇ ਜਾਂ ਕਿਤੇ ਰੰਗ ਲੱਥਾ ਹੋਵੇ। ਜ਼ੀਰੋ 306-44-27-833 ਬਹੂ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਮੁਹੰਮਦ ਅਨਵਰ ਟਰੈਕਟਰ ਪੇਂਟ ਦੇ ਉੱਤੇ ਯੂਟਿਊਬ ਚੈਨਲ ਬਣਿਆ ਅਤੇ ਬਣਾਇਆ ਤੁਹਾਡੇ ਵੀਰਾਂ ਭਰਾਵਾਂ ਵਾਸਤੇ। ਜਿਹੜੀ ਪਤਾ ਕਿ ਮੈਂ ਹੈਗਾ ਵਾਂ ਗੱਲ ਸਿੱਧੀ ਕਰਨਾ ਅਨਪੜ੍ਹ ਬੰਦਾ, ਮੈਨੂੰ ਕੋਈ ਵਾਕਿਆ ਨਾ ਬੰਦਾ ਯਾਰ ਵਟਸਐਪ 'ਤੇ ਇੱਧਰੋਂ ਤਸਵੀਰ ਘਲਾ ਅਤੇ ਇਹਨੂੰ ਘਲਾ, ਮੈਂ ਬਣਾ, ਮੈਂ ਉਹਨੂੰ ਅਨਵਰ ਚੈਨਲ ਖੋਲ, ਸਕੂਨ ਨਾਲ ਘਰ ਬਹਿ ਕੇ ਤਸੱਲੀ ਨਾਲ ਚੈਨਲ ਵੇਖ। ਤੇਰਾ ਵੀਰੇ ਦਿਲ ਮੁਤਮਿਨ ਹੋਵੇ, ਜਦੋਂ ਪੂਰਾ ਦਿਲ ਮੁਤਮਿਨ ਹੋਵੇ ਉਦੋਂ ਮੈਨੂੰ ਸੱਦ, ਮੈਂ ਵੀ ਕੰਮ ਕਰਕੇ ਤੈਨੂੰ ਦਵਾਂ ਦਾ ਮੋਤੀਆਂ ਵਰਗਾ ਵਾਕਿਆ, ਤੈਨੂੰ ਵੀ ਪਤਾ ਲੱਗੇ ਯਾਰ ਉਹਨੇ ਕੰਮ ਕੀਤਾ। ਉਸ ਤੋਂ ਬਾਅਦ ਫਿਰ ਪਤਾ ਕੀ, ਜਦੋਂ ਬੰਦੇ ਦਾ ਦਿਲ ਮੁਤਮਿਨ ਹੋਵੇ ਨਾ ਫਿਰ ਕੰਮ ਕਰਨ ਦਾ ਸਵਾਦ ਆਉਂਦਾ। ਤੁਸੀਂ ਕਰੋ ਦੇ ਤਾਂ ਮੈਨੂੰ ਸਵਾਦ ਆਇਆ, ਮੈਂ ਕਰਾਂਗਾ ਤਾਂ ਮਜ਼ਾ ਆਇਆ। ਜਦੋਂ ਟਰੈਕਟਰ ਬਾਹਰ ਨਿਕਲੇ ਦਾ ਨਾ ਅਤੇ ਜੱਗ ਵੇਖੇ ਦਾ ਵਾਕਿਆ ਯਾਰ ਕੰਮ ਹੋਇਆ। ਮੈਂ ਨਾ 24 ਮਾਡਲ ਗੱਡੀ ਇੱਥੇ ਤਿਆਰ ਕਰਨ ਆਇਆ ਜਲਾਲਪੁਰ ਜੱਟਾਂ ਦੇ। ਹੁੰਦਾ ਨਾ ਮੋਰੀਆਂ ਛੋਰੀਆਂ ਦੇ ਵਿੱਚ ਆਵੇ ਜੰਗ, ਐਵੇਂ ਭੱਜ ਕੇ ਵੜ ਜਾਂਦਾ ਕਿਸੇ ਮੋਰੀ ਦੇ ਵਿੱਚ, ਵੇਖ ਲਓ ਕੋਈ ਜੰਗ ਦਿਸਦਾ ਹੋਵੇ। ਹੱਥ ਜਦੋਂ ਮੈਂ ਲਾਇਆ ਹੋ ਲਾ ਦਿੰਦਾ ਨਾ ਟਰੈਕਟਰ ਨੂੰ, ਫਿਰ ਆ ਜੰਗ ਜੁੰਗ ਨਹੀਂ ਦਿਸਦੇ ਕਿੱਧਰ ਜਾਂਦੇ ਨੇ। ਇਹ ਹਾਲੇ ਮੈਂ ਲੈ ਕਰ ਮਾਰਨਾ ਪਿਆ, ਅੱਧੀ ਕੁ ਗੱਡੀ ਨੂੰ ਲੈ ਕਰ ਵੱਜਿਆ ਅਤੇ ਅੱਧੀ ਕੁ ਨੂੰ ਵੱਜਣਾ, ਹਾਲੇ ਤਾਂ ਬੱਤੀ ਚਲੀ ਗਈ। ਅਤੇ ਮੈਂ ਚੱਲ ਜਿੰਨਾ ਕੁ ਹੈਗਾ ਚੰਨ ਨੇ ਜਰਾ ਇੱਕ ਵੀਡੀਓ ਮੈਨੂੰ ਚਾਹੀਦੀ ਸੀ ਅਤੇ ਮੈਂ ਚਲੋ ਲੈ ਲਵਾਂ। ਜ਼ੀਰੋ 306-44-27-833 ਬਹੂ ਰੰਗ ਸਾਹਿਬ ਮਿਲਰ ਟਰੈਕਟਰ ਲਾਹੌਰ ਤੋਂ ਮੁਹੰਮਦ ਅਨਵਰ ਟਰੈਕਟਰ ਪੇਂਟ। ਇੱਧਰੋਂ ਹੁਣ ਸ਼ੁਰੂ ਹੋਣਾ ਲੈ ਕਰ ਵੱਜਣਾ, ਇਹ ਰਹਿੰਦਾ ਇੱਥੋਂ ਵੱਜਿਆ ਰੱਖਣ, ਜਿੱਥੇ ਲੈ ਕਰ ਵੱਜਿਆ ਹੈ ਨਾ ਤਾਂ ਉੱਥੇ ਵੇਖ ਲਓ, ਤੁਹਾਨੂੰ ਵੀ ਪਤਾ ਲੱਗ ਗਿਆ ਵੱਜਿਆ, ਅਤੇ ਜਿੱਥੇ ਨਹੀਂ ਵੱਜਿਆ ਉੱਥੇ ਵੇਖ ਲਓ ਹਰ ਸ਼ਾਇਦ ਸੁਣਨਾ। ਇੱਧਰ ਵੇਖ ਲਓ ਵੱਜਿਆ, ਅਜੇ ਇਹ ਵੇਖ ਲਾ ਵੱਜਣ ਵਾਲਾ ਹਾਲੇ। ਜ਼ੀਰੋ 306-44-27-833 ਬਹੂ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਮੁਹੰਮਦ ਅਨਵਰ ਟਰੈਕਟਰ ਪੇਂਟ ਦੇ ਉੱਤੇ ਯੂਟਿਊਬ ਚੈਨਲ ਬਣਾਇਆ ਤੁਹਾਡੇ ਬਿਰਲੀਆਂ ਭਰਾਵਾਂ ਵਾਸਤੇ ਬਣਾਇਆ। ਸਕੂਨ ਨਾਲ ਤਸੱਲੀ ਨਾਲ ਵੀਡੀਓ ਚੈੱਕ ਕਰੋ, ਤਸੱਲੀ ਕਰੋ ਅਤੇ ਫਿਰ ਮੈਨੂੰ ਵੀਰੇ ਸੱਦੋ। ਓਕੇ ਜੀ, ਸਾਰਿਆਂ ਵੀਰਾਂ ਨੂੰ ਸਲਾਮ ਅਲੈਕੁਮ। ਓਕੇ, ਰੱਬ ਰਾਖਾ।